ਬਰਨਾਲਾ ਦੇ ਬੇਰੋਜ਼ਗਾਰ ਬੀਏ ਟੈਟ ਪਾਸ ਅਧਿਆਪਕਾਂ ਨੇ ਸਰਕਾਰ ਦਾ ਵਿਰੋਧ ਕਰਨ ਦਾ ਨਵਾਂ ਤਰੀਕਾ ਲੱਭਿਆ ਹੈ। ਕੋਰੋਨਾ ਮਹਾਮਾਰੀ ਦੇ ਕਾਰਨ ਪੰਜਾਬ ਵਿੱਚ ਧਾਰਾ 144 ਲਾਗੂ ਹੈ ਤੇ ਧਰਨੇ ਤੇ ਪੂਰੀ ਤਰ੍ਹਾਂ ਪਾਬੰਦੀ ਲੱਗੀ ਹੋਈ ਹੈ। ਬਰਨਾਲਾ ਦੇ ਬੇਰੋਜ਼ਗਾਰ ਟੈਟ ਪਾਸ ਅਧਿਆਪਕ ਜ਼ਿਲ੍ਹੇ ਦੇ ਪਿੰਡਾਂ, ਸੜਕਾਂ ਦੇ ਕਿਨਾਰੇ, ਓਵਰ ਬ੍ਰਿਜਾਂ ਤੇ ਸਰਕਾਰ ਦੇ ਵਿਰੁੱਧ ਨਾਰੇ ਲਿਖ ਕੇ ਵਿਰੋਧ ਜਤਾ ਰਹੇ ਨੇ। ਤੁਹਾਨੂੰ ਦੱਸ ਦਈਏ, ਬੇਰੋਜ਼ਗਾਰ ਅਧਿਆਪਕਾਂ ਨੇ ਪੰਜਾਬ ਸਰਕਾਰ ਤੇ ਘਰ ਘਰ ਨੌਕਰੀ ਦੇ ਵਾਅਦੇ ਤੋਂ ਮੁਕਰਨ ਦਾ ਆਰੋਪ ਲਗਾਇਆ ਹੈ। ਇਸ ਸੰਬੰਧੀ ਜ਼ਿਆਦਾ ਜਾਣਕਾਰੀ ਦਿੰਦੇ ਹੋਏ ਬੇਰੋਜ਼ਗਾਰ ਬੀਏ ਟੈਟ ਪਾਸ ਅਧਿਆਪਕ ਯੂਨੀਅਨ ਦੇ ਪੰਜਾਬ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਹੋਰਨਾਂ ਨੇ ਦੱਸਿਆ ਹੈ ਕਿ ਬੇਰੋਜ਼ਗਾਰ ਬੀਏ ਟੈਟ ਪਾਸ ਅਧਿਆਪਕਾਂ ਦੁਆਰਾ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਘਰ ਘਰ ਰੋਜ਼ਗਾਰ ਦੇਣ ਦੇ ਵਾਅਦੇ ਤੋਂ ਮੁਕਰਨ ਦੇ ਕਾਰਨ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ ਤੇ ਸਰਕਾਰ ਦੇ ਪ੍ਰਤੀ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ। ਸਾਡੀਆਂ ਪੰਜਾਬ ਸਰਕਾਰ ਵੱਲੋਂ ਇਹ ਮੰਗਾਂ ਨੇ ਕਿ ਉਹਨਾਂ ਨੇ ਚੋਣਾਂ ਸਮੇਂ ਘਰ ਘਰ ਰੋਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ ਜੀ, ਵੀ ਹਰ ਇੱਕ ਰੁਜ਼ਗਾਰ ਨੂੰ ਉਹਦੀ ਯੋਗਤਾ ਦੇ ਅਨੁਸਾਰ ਬਣਦੀ ਯੋਗਤਾ ਉਹਨਾਂ ਰੁਜ਼ਗਾਰ ਦਿੱਤਾ ਜਾਊ। ਪਰ ਜੇ ਕੁਝ ਦੇਖਿਆ ਜਾਵੇ ਤਾਂ ਪਿਛਲੇ ਦਿਨਾਂ ਦੇ ਵਿੱਚ ਖੇਤੀਬਾੜੀ ਮਹਿਕਮੇ ਦੇ ਵਿੱਚ, ਵਿਭਾਗ ਦੇ ਵਿੱਚ 538 ਪੋਸਟਾਂ ਖਤਮ ਕੀਤੀਆਂ ਗਈਆਂ ਨੇ ਅਤੇ ਕੁਝ ਕੁ ਦਿਨ ਪਹਿਲਾਂ ਅਖਬਾਰ ਦਿਆ ਖਬਰ ਆ ਕਿ 8600 ਪੋਸਟਾਂ ਜੰਗਲਾਤ ਮਹਿਕਮੇ ਵਿੱਚ ਖਤਮ ਕੀਤੀਆਂ ਗਈਆਂ। ਇਸ ਦੇ ਨਾਲ ਕੀ ਆ ਕਿ ਘਰ ਘਰ ਰੁਜ਼ਗਾਰ ਦੇਣ ਦੇ ਵਾਅਦੇ ਤੋਂ ਸਰਕਾਰ ਭੱਜ ਰਹੀ ਆ। ਪੋਸਟਾਂ ਦੇਣ ਦੀ ਬਜਾਏ ਪੋਸਟਾਂ ਨੂੰ ਖਤਮ ਕੀਤਾ ਜਾ ਰਿਹਾ ਪੰਜਾਬ ਸਰਕਾਰ ਵੱਲੋਂ, ਨਾ ਕਿ ਘਰ ਘਰ ਰੁਜ਼ਗਾਰ ਦੇਣ ਜਿਹੜਾ ਵਾਅਦਾ ਗਾ ਉਹ ਪੂਰਾ ਕੀਤਾ ਜਾ ਰਿਹਾ। ਜੇ ਇਸ ਟਾਈਮ ਦੇਖੋ ਜੀ, ਪੋਸਟਾਂ ਕੱਢੀਆਂ ਨੇ ਪੰਜਾਬੀ ਦੀਆਂ, ਸਾਡੀਆਂ ਜਿਹੜੀਆਂ ਪੋਸਟਾਂ ਸਿਰਫ 52 ਪੋਸਟਾਂ ਕੱਢੀਆਂ ਗਈਆਂ ਨੇ। ਇਸ ਵਾਰ ਪਲੱਸ ਟੂ ਦੇ ਰਿਜ਼ਲਟ ਦੇ ਵਿੱਚ ਪੰਜਾਬੀ ਦਾ ਜਿਹੜਾ ਰਿਜ਼ਲਟ ਆ ਉਹ ਬੜਾ ਗਰਾਵਟ ਕੰਨੀ ਨੂੰ ਗਿਆ। ਕਿਉਂ ਗਿਆ? ਅਧਿਆਪਕਾਂ ਦੀ ਘਾਟ ਦੇ ਕਾਰਨ। ਇੱਕ ਪਾਸੇ ਸਰਕਾਰ ਕਹਿ ਰਹੀ ਆ ਕਿ ਸਾਡਾ ਜਿਹੜਾ ਪੰਜਾਬੀ ਸਕੂਲਾਂ ਦਾ ਰਿਜ਼ਲਟ ਆ ਇਸ ਵਾਰ ਬਹੁਤ ਜ਼ਿਆਦਾ ਵਧੀਆ ਆਇਆ, ਗਿਣਤੀ ਬੱਚਿਆਂ ਦੀ ਵਧੀਆ। ਜੇ ਬੱਚਿਆਂ ਦੀ ਗਿਣਤੀ ਵਧੀਆ ਤਾਂ ਉਹਨਾਂ ਨੂੰ ਟੀਚਰਾਂ ਦੀ ਵੀ ਲੋੜ ਆ, ਤਾਂ ਟੀਚਰਾਂ ਦੀਆਂ ਜਿਹੜੀਆਂ ਅਸਾਮੀਆਂ ਨੇ ਉਹ ਕਿਉਂ ਘੱਟ ਰਹੀਆਂ ਨੇ? ਪੁਰਾਣੇ ਦਿਨਾਂ ਦੇ ਵਿੱਚ ਪਿਛਲੇ ਸਾਲ ਕ੍ਰਿਸ਼ਨ ਕੁਮਾਰ ਦਾ ਬਿਆਨ ਸੀ ਸਿੱਖਿਆ ਸਕੱਤਰ ਦਾ ਕਿ 52,000 ਬੱਚਿਆਂ ਦੀ ਗਿਣਤੀ ਵਧੀਆ, ਪਰ ਟੀਚਰਾਂ ਦੀਆਂ ਜਿਹੜੀਆਂ ਅਸਾਮੀਆਂ ਨੇ ਉਹ ਨਾ ਮਾਤਰ ਕੱਢੀਆਂ ਗਈਆਂ ਨੇ। 1,00,000 ਤੋਂ ਐਤਕੀ ਫਿਰ ਬੱਚਿਆਂ ਜਿਹੜੀ ਗਿਣਤੀ ਦੇ ਵਿੱਚ ਵਾਧਾ ਹੋਇਆ, ਤਾਂ ਟੀਚਰਾਂ ਜਿਹੜੀਆਂ ਅਸਾਮੀਆਂ ਨੇ ਉਹ ਘੱਟ ਕੱਢੀਆਂ ਜਾ ਰਹੀਆਂ ਨੇ। ਤਾਂ ਇਹਦੇ ਨਾਲ ਆਉਣ ਵਾਲੇ ਭਵਿੱਖ ਦੇ ਵਿੱਚ, ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਦੇ ਨਾਲ ਧੋਖਾ ਕੀਤਾ ਜਾ ਰਿਹਾ ਸਰਕਾਰੀ ਸਕੂਲ ਦੇ ਬੱਚਿਆਂ ਦੇ ਨਾਲ ਸਰਕਾਰ ਵੱਲੋਂ। ਜੇ ਸਰਕਾਰਾਂ ਨਹੀਂ ਮੰਨਦੀਆਂ, ਦੇਖੋ ਅਸੀਂ ਪਿਛਲੇ ਸਮੇਂ ਦੇ ਵਿੱਚ 6 ਮਹੀਨੇ ਸੰਗਰੂਰ ਵੀ ਸਾਡਾ ਪੱਕਾ ਧਰਨਾ ਚੱਲਦਾ ਰਿਹਾ, 2 ਵਾਰ ਸਾਡੇ 'ਤੇ ਲਾਠੀਚਾਰਜ ਵੀ ਹੋ ਚੁੱਕਿਆ। ਜੇ ਸਰਕਾਰਾਂ ਨਹੀਂ ਮੰਨਦੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਸਾਡੇ ਵੱਲੋਂ ਤਿੱਖੇ ਸੰਘਰਸ਼ ਨੇ ਜਿਹੜੇ ਉਲੀਕੇ ਜਾਣਗੇ ਅਤੇ ਵੋਟਾਂ ਦੇ ਵਿੱਚ ਚੋਣਾਂ ਸਮੇਂ ਕਾਂਗਰਸ ਦੇ ਜਿਹੜੇ ਮੰਤਰੀ ਨੇ, ਇਹਨਾਂ ਦੇ ਵਿਧਾਇਕ ਨੇ, ਜੋ ਵੀ ਕੈਂਡੀਡੇਟ ਹੋਣਗੇ, ਉਹਨਾਂ ਦਾ ਵਿਰੋਧ ਕੀਤਾ ਜਾਵੇ। ਕਰੋਨਾ ਦੇ ਨਾਂ ਥੱਲੇ, ਕਰੋਨਾ ਦੀ ਆੜ ਥੱਲੇ ਪੰਜਾਬ ਦੇ ਬੇਰੁਜ਼ਗਾਰਾਂ ਦੀ ਜਬਾਨਬੰਦੀ ਕੀਤੀ ਗਈ ਹੈ ਪੰਜਾਬ ਸਰਕਾਰ ਵੱਲੋਂ। ਪੰਜਾਬ ਦੇ ਵਿੱਚ 55,000 ਦੇ ਕਰੀਬ ਟੈਟ ਪਾਸ ਬੇਰੁਜ਼ਗਾਰ ਬੀਏਡ ਅਧਿਆਪਕ ਨੇ, 4,000 ਦੇ ਕਰੀਬ ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਨੇ, ਜਿਹੜੇ ਦੋਵੇਂ ਮਹਿਕਮਿਆਂ ਦੇ ਵਿੱਚ ਸਿਹਤ ਅਤੇ ਸਿੱਖਿਆ ਦੇ ਵਿੱਚ ਭਰਤੀ ਦੀ ਮੰਗ ਨੂੰ ਲੈ ਕੇ ਪ੍ਰੋਟੈਸਟ ਕਰਦੇ ਆ ਰਹੇ ਹਾਂ ਅਸੀਂ ਪਿਛਲੇ ਲੰਬੇ ਸਮੇਂ ਤੋਂ। ਪਰੰਤੂ ਪੰਜਾਬ ਸਰਕਾਰ ਨੇ ਕਰੋਨਾ ਦੇ ਆੜ ਥੱਲੇ ਸਾਡੇ ਸੰਘਰਸ਼ਾਂ ਨੂੰ ਤਾਰਪੀਡੋ ਕੀਤਾ, ਸਾਡੇ ਸੰਘਰਸ਼ਾਂ ਨੂੰ ਖਿੰਡਾਉਣ ਦੀ ਕੋਸ਼ਿਸ਼ ਕੀਤੀ ਹੈ, ਵੱਖ ਵੱਖ ਧਰਾਵਾਂ ਲਾ ਕੇ ਇਕੱਠੇ ਹੋਣ 'ਤੇ ਪਾਬੰਦੀ ਲਾਈ ਹੈ। ਅਸੀਂ ਇਸ ਦੇ ਬਦਲਵੇਂ ਰੂਪ ਦੇ ਵਿੱਚ ਸਮੁੱਚੇ ਪੰਜਾਬ ਦੇ ਲੋਕਾਂ ਤੱਕ ਕਾਂਗਰਸ ਸਰਕਾਰ ਦੀ ਚੋਣਾਂ ਵੇਲੇ ਜੋ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ ਉਹਨਾਂ ਗੱਲਾਂ ਨੂੰ ਲੈ ਕੇ ਜਾਣ ਦੀ ਮੁਹਿੰਮ ਚਲਾਈ ਹੈ। ਦੋਵੇਂ ਜਥੇਬੰਦੀਆਂ ਵੱਲੋਂ ਸਮੁੱਚੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਤਕਰੀਬਨ ਵੱਖ ਵੱਖ ਥਾਵਾਂ 'ਤੇ ਪੰਜਾਬ ਸਰਕਾਰ ਦੇ ਜੋ ਚੋਣਾਂ ਮੌਕੇ ਵਾਅਦੇ ਕੀਤੇ ਸੀ ਉਹਨਾਂ ਵਾਅਦਿਆਂ ਨੂੰ, ਬੇਰੁਜ਼ਗਾਰਾਂ ਦੀਆਂ ਮੰਗਾਂ ਨੂੰ ਕੰਧਾਂ 'ਤੇ ਲਿਖ ਕੇ ਮੀਡੀਆ ਰਾਹੀਂ, ਸੋਸ਼ਲ ਮੀਡੀਆ ਰਾਹੀਂ ਸਰਕਾਰ ਤੱਕ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਪੂਰੀ ਤਰ੍ਹਾਂ ਪੰਜਾਬ ਦੇ ਬੇਰੁਜ਼ਗਾਰ ਇਸ ਮੁਹਿੰਮ ਦੇ ਵਿੱਚ ਸ਼ਾਮਿਲ ਨੇ, ਐਕਟਿਵ ਨੇ। ਲੜਕੀਆਂ ਆਪੋ ਆਪਣੇ ਘਰਾਂ ਦੇ ਬਾਹਰਾਂ ਦੇ ਗਲੀਆਂ ਦੇ ਵਿੱਚ ਇਹਨਾਂ ਮੰਗਾਂ ਨਾਲ ਸੰਬੰਧਿਤ ਲਿਖੇ ਨਾਰੇ ਲਾ ਰਹੀਆਂ ਨੇ ਅਤੇ ਅਸੀਂ ਇਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਿਹਤ ਮਹਿਕਮੇ ਦੇ ਵਿੱਚ, ਸਿੱਖਿਆ ਮਹਿਕਮੇ ਦੇ ਵਿੱਚ ਜਿੰਨੀਆਂ ਪੋਸਟਾਂ ਨੇ ਸਾਰੀਆਂ 'ਤੇ ਖਾਲੀ ਪੋਸਟਾਂ 'ਤੇ ਉਮਰ ਹੱਦ ਵਿਛੋੜ ਦੇ ਕੇ ਭਰਤੀ ਕੀਤੀ ਜਾਵੇ। ਸਿੱਖਿਆ ਮਹਿਕਮੇ ਦੇ ਵਿੱਚ ਅਨੇਕਾਂ ਤਰ੍ਹਾਂ ਦੀਆਂ ਪੋਸਟਾਂ ਦੀ ਭਰਤੀ ਨਹੀਂ ਆਈ, ਅਨੇਕਾਂ ਕੈਟਾਗਰੀਆਂ ਕੋਟਿਆਂ ਨੂੰ ਅੱਖੋਂ ਪਰੋਖੇ ਕੀਤਾ ਗਿਆ। ਉਹਨਾਂ ਮੰਗਾਂ ਨੂੰ ਲੈ ਕੇ ਅਸੀਂ ਮੰਗ ਕਰਦੇ ਹਾਂ ਕਿ ਪੰਜਾਬ ਸਰਕਾਰ ਇਹਨਾਂ ਸਾਰੇ ਦੋਵੇਂ ਮਹਿਕਮਿਆਂ ਦੇ ਵਿੱਚ ਉਮਰ ਹੱਦ ਵੀ ਛੋੜ ਦੇ ਕੇ ਭਰਤੀ ਕਰੇ, ਕਿਉਂਕਿ ਪੰਜਾਬ ਦੇ ਅਨੇਕਾਂ ਟੈਟ ਪਾਸ, ਵੈਲ ਕੁਆਲੀਫਾਈਡ ਨੈੱਟ ਟੈਟ ਪਾਸ ਨੌਜਵਾਨ ਬੇਰੁਜ਼ਗਾਰ ਖੁਦਕੁਸ਼ੀਆਂ ਦੇ ਰਾਹ ਪਏ ਨੇ। ਜਗਸੀਰ ਚੱਕ ਭਾਈ ਤੋਂ ਸਾਡਾ ਸਾਥੀ ਪਿਛਲੇ ਦਿਨਾਂ ਦੇ ਵਿੱਚ ਖੁਦਕੁਸ਼ੀ ਕਰ ਗਿਆ ਸੀ ਅਤੇ ਨਾਲ ਦੀ ਨਾਲ ਬੇਰੁਜ਼ਗਾਰ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਵੇਖਿਆ ਹੋਣਾ ਪਿਛਲੇ ਦਿਨਾਂ ਦੇ ਵਿੱਚ ਖੇਤਾਂ ਦੇ ਵਿੱਚ ਝੋਨਾ ਲਾ ਕੇ ਆਪਣਾ ਗੁਜ਼ਾਰਾ ਕਰ ਰਹੇ ਨੇ, ਕੋਈ ਸਬਜ਼ੀਆਂ ਵੇਚ ਕੇ ਗੁਜ਼ਾਰਾ ਕਰ ਰਹੇ ਆ, ਕੋਈ ਇੱਟਾਂ ਪੱਥ ਕੇ ਭੱਠਿਆਂ ਦੇ ਉੱਤੇ ਗੁਜ਼ਾਰਾ ਕਰ ਰਹੇ ਆ, ਕੋਈ ਦੁੱਧ ਦੀਆਂ ਡੇਅਰੀਆਂ 'ਤੇ ਕੰਮ ਕਰਕੇ ਗੁਜ਼ਾਰਾ ਕਰ ਰਹੇ ਆ, ਕੋਈ ਮਿਸਤਰੀਆਂ ਨਾਲ ਦਿਹਾੜੀ ਕਰਕੇ ਕਰ ਰਿਹਾ, ਜਿਨ੍ਹਾਂ ਦੀ ਯੋਗਤਾ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਉਣ ਦੀ ਹੈ। ਮੌਜੂਦਾ ਅੰਕੜੇ ਪੰਜਾਬ ਸਰਕਾਰ ਦੇ ਦੱਸਦੇ ਆ ਕਿ 2.25 ਲੱਖ ਦੇ ਕਰੀਬ ਸਰਕਾਰੀ ਸਕੂਲਾਂ ਦੇ ਵਿੱਚ ਦਾਖਲੇ ਵਧੇ ਨੇ ਲੋਕਡਾਊਨ ਦੇ ਦੌਰਾਨ।
सरकारी स्कूलों के बच्चे दाखिल हुए ने उन्होंने जे असी अनुपात के हिसाब के देखिए तो भी बड़ी गिणती के होर पोस्टा पैदा किए जाने की लड़ है। देखो जी साड़ी जी आवाज़ आ आवाज़ तो असं 3 साल तो उठाई हुई है जी 2017 के साड़ी यूनियन बनी हुई थी तो लगातार जोड़ा सा संघर्ष किसी ना किसी रूप में चलता आ रहा है जिस वाले सरकार का कोई भी हले तक ध्यान नहीं तो हूँ जी एक नवी इन्होंने करोना की जी आड़ ली उसका सहारा लिया वो करके जो सू कहा जाता भी तुम प्रदर्शन नहीं कर सकते बख बख जथेबंद ने जिन्हें उन्होंने रोक लाई हुई है सो इस करके जोड़ा असी ये रास्ता जोड़ा चुनिया गया ये रास्ता चुनने का कारण है पिंडों के लोगों को जागरूक करना जितों के इनका जोड़ा व्डा मकसद हों राजनीतिक पार्टियां का वोट बटोरना इस तो बाद जो सा संघर्ष होगा पिंडों दत्थों के जाके अभी एक पोस्टर बना के पिंडों सरकार के उन्होंने वादे बारे याद करावे जोड़े वादे सरकार करके सदा के आई थी सो 2022 के इन्हों का जोड़ा हाल आ कांग्रेस सरकार का वो दिल्ली नालों भी जोड़ा बुरा होगा तो इतने जोड़िया जमानत जमते थी असं करवावे ये बेरोजगार लोग वो ने जोड़िया जाग दिया जमीर वाले ने तुहानू दस दईए कि बरनाला दे नाल नाल होर जिलों के भी ये मुहिम जोर शोर के नाल चल रही है। उन्होंने दसिया है कि जेकर जरूरत पही तो वह अपने विरोध में होर भी तिखा करेंगे। ब्यूरो रिपोर्ट एकम टीवी।